ਅਖੀਰ ਵਿੱਚ ਕੋਈ ਮਾਸਟਰ ਜੀ ਨਾਲ ਤੁਹਾਡੀ ਕੋਈ ਖਾਸ ਸਾਂਝ ਜਿਹੜੀ ਹੋਈ ਹੈ ਉਹ ਦੱਸ ਸਕਦੇ ਹੋ? ਮਾਸਟਰ ਜੀ ਨਾਲ? ਹਾਂਜੀ, ਬੜੀ ਅੱਛਾ ਜੀ। ਕੋਈ ਖਾਸ ਜਿਹੜੀ ਮਾਸਟਰ ਜੀ ਕੋਈ ਜਦੋਂ ਮੈਂ ਜਾਂਦਾ ਜੀ, ਮਾਸਟਰ ਜੀ ਕਹਿ ਰਹੇ ਉਹ ਕਿਰਪਾਲ ਸਿੰਘ ਆਇਆ ਬਰਫੀ ਲਿਆ, ਉਹ ਬਰਫੀ ਤਾਜ਼ਾ ਆਉਂਦੀ ਸੀ ਮੇਰੇ ਹੱਥ ਚਾਹ ਪਿਆਉਂਦੀ ਸੀ, ਗੱਲਬਾਤ ਖੋਲ ਕੇ ਕਰਦੇ ਸੀ। ਮੈਂ ਕਿਹਾ ਪਾਰਟੀਸ਼ਨ ਆ ਪੰਜਾਬ 'ਚ ਮੈਂ ਕੰਮ ਕਰਦਾ ਜੀ, ਮੈਂ ਇੱਕ ਰਾਤ ਹੀ ਤਾਂ ਲਿਖਾ ਦਿਆ ਮੈਂ ਸਾਰਾ ਘਬਰਾਉਣ ਬੜੀਆਂ ਪਤਾ ਦੀਆਂ ਗੱਲਾਂ ਤੁਸੀਂ ਪੰਜਾਬ ਬਾਉਂਡਰੀ ਵਾਰ ਇਸਾ ਠੀਕ ਕਰਾਇਆ, ਗਲਤ ਸੀ ਪਹਿਲਾਂ ਤਹਿਸੀਲ ਫਿਰੋਜ਼ਪੁਰ ਅਤੇ ਜ਼ਿਲ੍ਹਾ ਪਾਕਿਸਤਾਨ ਦੇ ਤਹਿਸੀਲ ਸਾਡੇ ਰੌਲਾ ਪਾਉਣ ਨਾਲ ਲਿਖਿਆ ਇਹ, ਮੈਂ ਫਿਰ ਕਿਤਾਬ ਇਹ ਗੱਲ ਠੀਕ ਸਾਬਤ ਹੋਈ ਜੀ, ਇਹ ਮੈਂ ਲਿਖਿਆ ਕਿਤਾਬ ਆਪਣੀ ਮਾਸਟਰ ਜੀ ਇਹ ਗੱਲ ਕਹਿੰਦੇ ਬੜੀ ਇੰਪੋਰਟੈਂਟ ਜੀ, ਪਰ ਇਹਦੀ ਕਦਰ ਨਹੀਂ ਪਾਈ ਕਿਸੇ ਨੇ, ਇਹ ਤਾਂ ਕਹਿੰਦੇ ਬੜਾ ਬਦਲਿਆ ਹੀ ਨਹੀਂ, ਅਵਾਰਡ ਨਹੀਂ ਬਦਲਿਆ, ਹੁਣ ਸਾਬਤ ਹੋ ਗਿਆ ਬਦਲਿਆ, ਪਹਿਲਾਂ ਮੈਂ ਜਿਸ ਨੇ ਕਿਹਾ ਬਦਲਿਆ ਇਹਨਾਂ ਮਾਡੀਫਾਈ ਕੀਤਾ ਜੀ ਜੀ ਜੀ, ਮੋਟ ਬੈਟਰ ਕੋਲ ਕਰਾਇਆ। ਮੈਂ ਗਿਆ ਇੰਗਲੈਂਡ, ਮਾਸਟਰ ਜੀ ਮੇਰੀ ਮਦਦ ਕਰੋ, ਪੈਸੇ ਤਾਂ ਗੌਰਮੈਂਟ ਦੇਣੇ ਸਨ, ਤੁਸੀਂ ਕੋਈ ਬੰਦੇ ਦੱਸੋ ਜਿਹਨਾਂ ਨੂੰ ਮੇਰਾ, ਉਹਨਾਂ ਮੈਂ ਗੱਲ ਸ਼ਾਰਟ ਦੇਣਾ ਕਿੱਥੇ ਦਿੱਤੀ, ਸ਼ਾਰਟ ਨੇ ਮੇਰੀ ਬੜੀ ਮਦਦ ਕੀਤੀ, ਸਾਹ ਕਿਤੇ ਗੱਲ ਮਾਸਟਰ ਜੀ ਦੇ ਸਾਹ, ਮਾਸਟਰ ਜੀ ਨੇ ਕਿਹਾ ਸ਼ਾਰਟ ਨੂੰ ਕੋਈ ਚਿੱਠੀ ਨਾ ਲਿਖਿਆ ਕਰੇ, ਇਹ ਸੀ ਆਈ ਡੀ ਵਾਲੇ ਵਿੱਚੋਂ ਕੱਟ ਲਈ ਜਾਣੀ ਚਿੱਠੀ, ਮੇਰੀ ਗੱਲ ਦੀ ਮੈਨੂੰ ਸਮਝ ਨਾ ਆਉਣੀ, ਮਾਸਟਰ ਜੀ ਜਿਹੜਾ ਉਹਨਾਂ ਦੀ ਉਹ ਜ਼ਿਕਰ ਬਾਰ ਬਾਰ ਕਰਦੇ ਆ, ਚੰਡਾ ਫਾੜਿਆ ਮਾਸਟਰ ਜੀ ਕਹਿੰਦੇ ਮੈਂ ਨਹੀਂ ਫਾੜਿਆ, ਹਾਂਜੀ ਕਹਿੰਦੇ ਮੈਂ ਨਹੀਂ ਫਾੜਿਆ, ਫਿਰ ਕਿਉਂ ਰੋਲਾ ਕਿਉਂ ਪੈ ਗਿਆ? ਭਾਈ ਦੋ ਆਪਣੇ ਕਰਦੇ ਵੀ ਉਹ ਕਹਿੰਦੇ ਮੈਂ ਨਹੀਂ ਫਾੜਿਆ, ਮੈਂ ਲਿਖਿਆ ਨਹੀਂ ਫਾੜਿਆ, ਪਰ ਉਸ ਦਿਨ ਹੋਇਆ ਕੀ ਸੀਗਾ 3 ਮਾਰਚ ਨੂੰ? ਹੋਇਆ ਇਸ ਮਾਸਟਰ ਜੀ ਕਹਿੰਦੇ ਨੇ ਪੰਥਕ ਅਕਾਲੀ ਪਾਰਟੀ ਦੀ ਮੀਟਿੰਗ ਹੋ ਰਹੀ ਸੀ ਪੰਜਾਬ ਅਸੈਂਬਲੀ ਦੇ ਹਾਲ ਵਿੱਚ, ਹਰ ਪੋਲੀਟੀਕਲ ਪਾਰਟੀ ਦੇ ਬੰਦੇ ਉੱਥੇ ਮੀਟਿੰਗ ਕਰ ਸਕਦੇ, ਇਹਨਾਂ ਪੰਥਕ ਪਾਰਟੀ ਦੀ ਮੀਟਿੰਗ ਮੀਟਿੰਗ ਕਰਕੇ ਬਾਹਰ ਆਏ ਅਤੇ ਅੱਗੋਂ ਜਲੂਸ ਆ ਰਿਹਾ ਸੀ ਪਾਕਿਸਤਾਨ ਜ਼ਿੰਦਾਬਾਦ, ਇਹਨਾਂ ਨੂੰ ਵੇਖ ਕੇ ਮੱਚ ਪਏ। ਮਾਸਟਰ ਜੀ ਨੇ ਕਿਰਪਾ ਲੰਗੀ ਕਰਕੇ ਕਿਹਾ ਪਾਕਿਸਤਾਨ ਮੁਰਦਾਬਾਦ,
ਇਹਨੇ ਤੁਹਾਨੂੰ ਪੁਲਿਸ ਵਿੱਚਾਂ ਨਹੀਂ ਉਸੇ ਦਿਨ ਤੋਂ ਰਾਈਟਸ ਸ਼ੁਰੂ ਹੋਏ ਰਾਈਟਸ ਬਾਅਦ ਇਸ ਤੋਂ ਕਿੰਨੇ ਦਿਨ ਬਾਅਦ ਕਿੰਨੇ ਇਹ ਕਹਿੰਦੇ ਨੇ ਹਿੰਦੂ ਕਹਿੰਦੇ ਨੇ ਮਾਸਟਰ ਤਾਰਾ ਸਿੰਘ ਚੰਨਾ ਪਾ ਗਏ ਨਾ ਕੋਈ ਚੰਨਾ ਸੀ ਨਾ ਪਾੜੇ ਮਾਸਟਰ ਜੀ ਡਾਕਟਰ ਸਾਹਿਬ ਇੱਕ ਬੜਾ ਸਿੰਪਲ ਜਿਹਾ ਤੁਸੀਂ ਤਾਂ ਸਾਰੇ ਪੂਰੇ ਇਸ ਨੂੰ ਦੇਖਿਆ ਕਿ ਇੱਕ ਆਮ ਇਹ ਖਿਆਲ ਹੈ ਜਾਂ ਰੌਲਾ ਪਾਇਆ ਜਾਂਦਾ ਹੈ ਕਿ ਖਾਲਿਸਤਾਨ ਮਿਲਦਾ ਸੀ ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ ਕੀ ਮਿਲਦਾ ਸੀ ਵਾਕਈ ਮਿਲਦਾ ਸੀ ਹੈ ਫੈਕਟ ਹੈ ਜਾਂ ਨਹੀਂ ਉਹ ਇਹ ਕਹਿੰਦਾ ਸੀ ਗਿੰਨਾ ਕਿ ਸਿੱਖ ਸਟੇਟ ਵਿਦਨ ਪਾਕਿਸਤਾਨ ਬਣਾ ਗਿਆ ਵਿਦਨ ਪਾਕਿਸਤਾਨ ਸਿੱਖ ਸਟੇਟ ਨਾਟ ਇੰਡੀਪੈਂਡੈਂਟ ਕੋਈ ਨਹੀਂ ਸੀ ਨਾ ਕਿਧਰੇ ਨਹੀਂ ਸੀਗਾ ਮਾਸਟਰ ਜੀ ਨੇ ਕਿਹਾ ਕਿ ਬਾਹਰ ਆ ਸਕੇਗਾ 10 ਸਾਲ ਬਾਅਦ ਜਾਂ 5 ਸਾਲ ਸਾਨੂੰ ਕਹੇ ਸੀ ਕਿ ਨਹੀਂ ਬੋਲੇ ਉਹ ਕੋਈ ਲਿਫਟ ਹੀ ਦਿੰਦੇ ਲਿਫਟ ਹੀ ਇਹਦਾ ਮਤਲਬ ਫਿਰ ਤਾਂ ਬੜੀ ਡੇਂਜਰਸ ਸਿਚੁਏਸ਼ਨ ਸੀ ਨਾ ਇਹ ਤੇ ਨੁਕਸਾਨਦੇਹ ਸੀਗਾ ਬੜੀ ਭਾਰੀ ਹਾਂਜੀ ਉਹਨਾਂ ਨੂੰ ਪਸਾਣਾ ਕਰਦਾ ਸੀ ਹਾਂਜੀ ਮਾਸਟਰ ਜੀ ਪਸੇ ਨੇ ਇਹਦਾ ਮਤਲਬ ਠੀਕ ਸੀ ਲੜਨਾ ਮਾਸਟਰ ਜੀ ਦਾ ਬਿਲਕੁਲ ਠੀਕ ਮੈਂ ਲਿਖਿਆ ਠੀਕ ਫਿਰ ਇਹ ਕਿਉਂ ਬਾਰ ਬਾਰ ਪ੍ਰਚਾਰ ਕੀਤਾ ਜਾਂਦਾ ਹੈ ਕਿ ਅੰਗਰੇਜ਼ ਦਿੰਦੇ ਸੀ ਮਾਸਟਰ ਤਾਰਾ ਸਿੰਘ ਨੇ ਲਿਆ ਨਹੀਂ ਬਕਵਾਸ ਹੈ ਤੇ ਜਦੋਂ ਮੂੰਹ ਬੰਦ ਕਰ ਸਕਦਾ ਜੇ ਡੂ ਨਾ ਸੋ ਇਹ ਵੀ ਸਹੀ ਹੈ ਕਿ ਕਾਂਗਰਸ ਤੇ ਲੀਗ ਨੇ ਮਿਲ ਕੇ ਪਾਰਟੀਸ਼ਨ ਆਫ ਇੰਡੀਆ ਮੰਗਿਆ ਤੇ ਸਿੱਖਾਂ ਦੀ ਵਜ੍ਹਾ ਕਰਕੇ ਪਾਰਟੀਸ਼ਨ ਆਫ ਪੰਜਾਬ ਹੋਇਆ ਪਾਰਟੀਸ਼ਨ ਆਫ ਪੰਜਾਬ ਨਹੀਂ ਸੀ ਹੋਣਾ ਤੇ ਸਾਰਾ ਪੰਜਾਬ ਉੱਧਰ ਚਲੇ ਜਾਣਾ ਸੀ ਇਹ ਵੀ ਸਹੀ ਹੈ ਔਰ ਇਹਦਾ ਨੁਕਸਾਨ ਬਹੁਤ ਹੋਣਾ ਸੀ ਸਿੱਖਾਂ ਨੂੰ ਇਹਦਾ ਬਹੁਤ ਨੁਕਸਾਨ ਹੁੰਦਾ ਸੋ ਇਹਦਾ ਮਤਲਬ ਜੋ ਹੈ ਇਸ ਇਸਦੀ ਕੋਈ ਚੋਇਸ ਨਹੀਂ ਸੀ ਇਸ ਤੋਂ ਕੋਈ ਹੋਰ ਸਿੱਖਾਂ ਦੇ ਹੱਥ ਵਿੱਚ ਸੀ ਤਾਂ ਕਿ ਵੱਧ ਤੋਂ ਵੱਧ ਭਰਤੀ ਹੋਏ ਬਾਅਦ ਵਿੱਚ ਕੰਮ ਆਏ ਉਨੰਜਾ ਦੇ ਬਾਅਦ ਇਹਦੇ ਰੋਲ ਬਾਰੇ ਸਿੱਖਾਂ ਦੇ ਕੀ ਹੈਗਾ ਮੈਂ ਥੋੜਾ ਜਿਹਾ ਕਨਫਰਮ ਕਰਨਾ ਮੈਂ ਇਹਦੇ ਵਾਸਤੇ ਸਾਡੀ ਵੀਡੀਓ ਰਿਕਾਰਡਿੰਗ ਵਾਸਤੇ ਹਾਂਜੀ ਮੈਂ ਲਿਖਿਆ ਪੰਜਾਬ ਚ ਪਾਇਆ ਫਰੀਡਮ ਫਾਈਟਰ ਜੀ ਮੁਰਲੀ ਸਵਤੰਤਰਤਾ ਸੰਗਰਾਮ ਜੀ 57 ਦੇ ਜਿਹੜੇ ਨੇ ਜੀ ਜੋ ਕੁਝ ਹੋਇਆ